ਤੇ ਫੌਜੀ ਨੂੰ ਭੇਜਾਂਗਾ ਨਾ ਤੇਰਾ। ਹਾਂ ਅੱਛਾ ਜੀ, ਹੁਣ ਕੀ ਪਾਣੀ ਕਿਵੇਂ ਪਿਲਾਉਂਦੇ ਆ? ਜਦੋਂ ਕਿਸੇ ਹੋਟਲ 'ਚ ਜਾਣਾ, ਉਸ ਕੋ ਕਹਿਣਾ ਪਲੀਜ਼ ਹਾਈਲੈਸਟ ਇਨ ਦਿਸ ਹੋਟਲ ਦਿਸ ਮੇਜ ਇਸ ਟਿਨ ਚੋਇਸ ਆਈ ਜਸਟ ਫੈਂਡ ਦਿਸ ਫੈਮਿਲੀ ਓਕੇ ਆਈ ਲਿਸਟ ਇਨ ਦਿਸ ਪੈ ਜਸਟ ਟੇਬਲ ਆਮ ਲੈਦਰ ਡਿਨ ਜਸਟ ਫੌਕ ਐਂਡ ਜਸ ਸੀ ਐਂਡ ਜਸ ਮੀਟ ਸਿਸ ਟੋਟ ਫੈਡ ਜਸ ਚੇਂਜ, ਕਿਉਂਕਿ ਆਪਣੇ 'ਚ ਬਾਤ ਹੋ ਰਹੀ। ਉਸਨੇ ਕਹਿਣਾ ਅਕ ਲੈਦਰ ਡਿਨ ਜਸ ਪੰਜ ਫਿੰਟ ਹਿਸਟਰੀ ਸੀ ਐਂਡ ਵਜ ਜਸ ਲਵ ਫਾਈ ਜਸ ਮੀਟ ਫੈਕ ਐਜ ਜਸ ਚੇਂਜ ਜ਼ੀ ਆਮ ਲੈਦਰ ਜਸ ਓਕੇ ਓਕੇ ਕਿ ਕਿਆ ਮੰਗਾਣਾ ਚਾਹਤੇ? ਉਸਨੇ ਕਹਾ ਓਕੇ ਓਕੇ ਤੁਮ ਬਤਾਓ। ਉਸਕੋ ਕਹਿ ਰਹਾ ਅਲੇ ਸੋਚੇ ਜਾਂ ਜਸ ਸੁਜਾ ਜਸ ਚੇ ਚੇ ਜਸ ਬਾ ਵੇ ਜਸ ਸ਼ਿਸ਼ਟਰ ਓਕੇ ਐ ਕਮ ਔਨ ਪਲੀਜ਼ ਮੇਰੇ ਪਾਸ ਆਓ ਅਲੇ ਦਿਨ ਜਸ ਮਿਟ ਜਸ ਚੇ ਚੇ ਜਸ ਚੇ। ਉਹਨੇ ਕਹਿਣਾ ਓਕੇ ਕਿਆ? ਉਸਕੋ ਕਹਿਣਾ ਬਲੇਸ ਡੂ ਜਾਂ ਜਸ ਪੇਂਟ ਫੈਨ ਜਸ ਚੇ ਕੈਸ ਪਲੀਜ਼ ਵਾਟਰ ਮੁਝੇ ਪਾਣੀ ਪਿਲਾਓ। ਪਹਿਲੋਂ ਵਾਟਰ ਹੀ ਆਂਦਾ ਹਣਾ ਟੇਬਲ ਤੇ? ਹਾਂ ਵਾਟਰ ਹੀ ਆਂਦਾ। ਤੇ ਜਦੋਂ ਉਹਨੂੰ ਕਹਿਣਾ ਨਾ ਅਲੇਸ ਨੂੰ ਜਸ ਪੇਂਟ ਜਸ ਫਾਈਟ ਜਸ ਪੱਕ ਐਂਡ ਜਸ ਚੀ ਐਂਡ ਵਲੇਸ ਡੂ ਜਸ ਫੋਰ ਫੈਨ ਲੈਸ ਡੂ ਚੇਂਜ ਜਸ ਕੈਨ ਫੋਰ ਮੁਝੇ ਬਤਾਓ ਕਿ ਆਪ ਕਾਇਆ ਹੋ ਆਪ ਕਾਇਆ ਹੋ ਹੌਲੀ ਹੌਲੀ ਹੌਲੀ। ਅੱਛਾ ਹਲੀ ਹਲੀ ਫੌਜੀ ਸਾਹਿਬ ਮੈਂ ਪੜਿਆ ਨੀ ਆ, ਮੈਂ ਕਦੀ ਪੜ ਗਿਆ ਨਾ ਤੁਹਾਡੇ ਪੈਰਾਂ ਦਾ ਸਹੀ ਕਮਾਂਡਰ ਹੋਣਾ ਸੀ। ਮੇਰਾ ਨਾ ਕੋਈ ਅੰਗਰੇਜ਼ ਵੀ ਨਹੀਂ ਸੀ ਇੰਗਲਿਸ਼ ਬੋਲ ਸਕਦਾ, ਅੰਗਰੇਜ਼ ਦੀ ਐਸੀ ਦੀ ਤੈਸੀ। ਉਹਨੇ ਕਹਿਣਾ ਹੈ ਬੱਚਾ ਕਿਹੜੇ ਮੁਲਕ ਚੋ ਆਇਆ? ਕਹਿਣਾ ਪਾਕਿਸਤਾਨੀ ਤੁਮ ਲੋਕੋ ਕੀ ਐਕਟ ਨੇ ਬੋਲਤਾ, ਤੁਮ ਲੋਕ ਕਿਆ ਕਹਿਣਾ ਚਾਹਤੇ ਹੋ? ਜਦੋਂ ਅਮਰੀਕਾ ਦੀ ਬੋਲੀ ਹੈ ਜਸਟ ਚੇਂਜ ਜਸਟ ਇਟ ਫੋਰ ਲੈਸ ਫਿਸ ਚੇਂਜ ਜਸ ਪੀ ਆਈ ਜਸਟ ਇਟ ਫੋਰ ਕੈਸ ਆਲ ਇਸ ਰੀਜ਼ਨਸ ਵਾਈ ਜਸ ਚੈਕ ਹੈ ਚੈਕ 50 50 ਓਕੇ ਲਾ ਬੈਟ ਹੈ ਜਸ ਬੈਸਟ ਮੈਨ ਆਲ ਇਸ ਬੀ ਚੇਂਜ ਜਸ ਫਾਈਟ ਇਸ ਇਸ ਗੋ ਫੈਨ ਐਂਡ ਦੇ ਜਸ ਮੈਂ ਟੈਚ ਇਸ ਵਿਦ ਪੀ ਚੈਸ ਚੇਂਜ ਜਸ ਫਿਸ਼ਿਸਟਾ ਆਲ ਇਸ ਜਨ ਜਸ ਜੌਨ ਚਿਨਾ ਓਕੇ ਲੈਸ ਡਿਟ ਮੈਂ ਜਸ ਟੂ ਤਾੜੀਆਂ ਵਜਾ। ਅਮਰੀਕਾ ਦੀ ਬੋਲੀ, ਅਮਰੀਕਾ ਦੀ ਬੋਲੀ, ਹਾਂਜੀ।